ਗਾਵਾਂ ਦਾ ਡੇਅਰੀ ਫਾਰਮ ਜ਼ਿਆਦਾ ਵਧੀਆ ਜਾਂ ਮੈਸਾਂ ਦਾ? ਜੇ ਤੁਸੀਂ ਡੇਅਰੀ ਫਾਰਮ ਸਟਾਰਟ ਕਰਨਾ ਅਤੇ ਸਵਾਲ ਪੁੱਛ ਰਹੇ ਹੋ ਨਾ, ਤਾਂ ਦੇਖੋ ਯਾਰ ਵਧੀਆ ਦੋਨੋਂ ਨੇ ਆਪਣੀ ਜਗ੍ਹਾ 'ਤੇ। ਪਰ ਤੁਸੀਂ ਇਹ ਦੇਖੋ ਵੀ ਤੁਹਾਡੇ ਏਰੀਆ 'ਚ ਕਿਸ ਦੁੱਧ ਦੀ ਜ਼ਿਆਦਾ ਡਿਮਾਂਡ ਆ। ਜੇ ਸ਼ਹਿਰ 'ਚ ਆਪਣੀ ਦੁਕਾਨ ਕਰਦੇ ਹੋ ਤਾਂ ਕਿਹੜਾ ਜ਼ਿਆਦਾ ਵਿਕੂਗਾ? ਕਿਉਂਕਿ ਡੇਅਰੀ ਫਾਰਮਿੰਗ ਕਰਨ ਦੇ ਨਾ ਦੋ ਤਰੀਕੇ ਨੇ। ਪਹਿਲਾ, ਜਾਂ ਤਾਂ ਸਾਰੀ ਮਿਹਨਤ ਆਪ ਕਰਕੇ ਦੁੱਧ ਕਿਸੇ ਕੰਪਨੀ ਦੂਜੀ ਜਾਂ ਦੁਕਾਨ ਵਾਲੇ ਦੇ ਹੱਥ 'ਚ ਫੜਾ ਕੇ ਇਹ ਕਹਿ ਦਿਉ ਵੀ ਲਓ ਜੀ ਤੁਸੀਂ ਹੁਣ ਪ੍ਰੋਫਿਟ ਕਮਾ ਲਓ, ਅਤੇ ਆਪਣੀ ਚੀਜ਼ ਦੇ ਵਧੀਆ ਰੇਟ ਲਈ ਹਮੇਸ਼ਾ ਉਹਨਾਂ ਤੋਂ ਮੰਗਦੇ ਰਹੋ। ਜਾਂ ਫਿਰ ਆਪਣੀ ਦੁਕਾਨ ਸ਼ੁਰੂ ਕਰਕੇ ਸਿੱਧਾ ਆਪਣੇ ਕਸਟਮਰਸ ਨੂੰ ਦੁੱਧ ਵੇਚੋ, ਅਤੇ ਹੌਲੀ ਹੌਲੀ ਗਰੋ ਕਰਕੇ ਦੁੱਧ ਦੇ ਨਾਲ ਦੁੱਧ ਨਾਲ ਬਣੀਆਂ ਹੋਰ ਸਾਰੀਆਂ ਚੀਜ਼ਾਂ ਅਤੇ ਬਿਨਾਂ ਦੁੱਧ ਤੋਂ ਬਣੀਆਂ ਚੀਜ਼ਾਂ ਵੀ ਵੇਚਣ ਲੱਗ ਜਾਓ। ਅਤੇ ਮੇਰੇ ਹਿਸਾਬ ਨਾਲ ਨਾ ਦੂਜਾ ਤਰੀਕਾ ਜ਼ਿਆਦਾ ਵਧੀਆ, ਅਤੇ ਜੇ ਡੇਅਰੀ ਫਾਰਮਿੰਗ ਤੋਂ ਬਹੁਤ ਬੜਾ ਬਿਜ਼ਨਸ ਬਣਾਉਣਾ ਨਾ ਤਾਂ ਦੂਜੇ ਤਰੀਕੇ ਨਾਲ ਹੀ ਬਣ ਸਕਦਾ। ਸੋ ਦੇਖੋ ਵੀ ਡਿਮਾਂਡ ਕਿਸ ਚੀਜ਼ ਦੀ ਜ਼ਿਆਦਾ ਆ, ਮਿਠਾਈਆਂ ਕਿਹੜੇ ਦੁੱਧ ਦੀ ਵਧੀਆ ਬਣਦੀਆਂ ਨੇ, ਖਰਚਾ ਕਿਸ ਚੀਜ਼ 'ਚ ਘੱਟ ਆਉਂਦਾ, ਅਤੇ ਹੋਰ ਸਭ ਕੁਝ ਦੇਖੋ, ਥੋੜ੍ਹਾ ਲੰਬਾ ਸੋਚੋ। ਅਤੇ ਜੇ ਡਿਮਾਂਡ ਦੇ ਹਿਸਾਬ ਨਾਲ ਕੰਮ ਸ਼ੁਰੂ ਕਰੋਗੇ ਨਾ, ਕਦੇ ਕੰਮ ਫੇਲ ਨਹੀਂ ਹੋਊਗਾ।